ए उन तुस जगमोहन शर्मा को सुनो प्रधानमंत्री नरेंद्र मोदी और हो वोकल फॉर लोकल एक जन आंदोलन बनी चुके है जिसने मुल्ख चाड़े खड्डी क्षेत्र की भी नमी रफ्तार दी है अज दिल्ली के प्रगति मैदान स्थित भारत मंडपम च नौमें राष्ट्रीय हथखडी ਦੇਵਸਾਲੇ ਸਮਾਰੋਹ ਕੀ ਸੰਬੋਧਿਤ ਕਰਦੀ ਹੋਈ ਮੋਦੀਉ ਨੇ ਆਖਿਆ ਜੇ ਕਪੜੇ ਦੇ ਖੇਤਰ ਤੇ ਜੜੀ ਯੋਜਨਾ ਸ਼ੁਰੂ ਕੀਤੀਆਂ ਗਈਆਂ ਨਾ ਉਹ ਬੁਨਕਰਾਂ ਤੇ ਕਾਰੀਗਰਾਂ ਦੀਆਂ ਨਿਆਦਵਾਂਦੀਆਂ ਨਾ ਪ੍ਰਧਾਨ ਮੰਤਰੀ ਹੋਰੇ ਆਖਿਆ ਦੇ ਸਰਕਾਰ ਦੀ ਕੋਸ਼ਿਸ਼ ਹੱਥਖੜੀ ਤੇ ਦਸਤਕਾਰੀ ਕਰਨੇ ਜੁੜੇ ਦੇ ਲੋਕਾਂ ਦੇ ਬੱਚੇ ਦੀਆਂ ਆਸੇ ਤਾਂਗੇਂਗੀ ਨਵੀਂ ਉਡਾਨ ਦੇ ਨਾ ਹੀ ਹੈ ਮੋਦੀਉਰੇ ਆਖੇ ਸਰਕਾਰ ਹੱਥਖੜੀ ਉਦਯੋਗ ਗਿਬੜਾਵਾ ਦੇਣ ਲਈ ਬਗੈਰ ਗਰੰਟੀ ਦੇ ਦੁਆਰ ਦਿਆ ਕਰਦੀ ਹੈ ਮੋਦੀਉਰੇ ਜੈਮ ਪੋਰਟਲ ਦਾ ਜ਼ਿਕਰ ਵੀ ਕੀਤਾ ਤੇ ਆਖਿਆ ਜੇ ਉਹਨਾਂ ਹਰ ਲੋਕਾਂ ਦਾ ਵੱਡਾ ਉਦਮੀ ਸਿੱਧੇ ਜੈਮ ਪੋਰਟਲ ਉੱਪਰ ਆਪਣਾ ਉਹ ਉਤਪਾਦ ਵੇਚੀ ਸਕਦਾ ਹੈ ਉਹਨੇ ਦੱਸਿਆ ਜੇ ਮੌਜੂਦਾ ਸਮਝ 175000 ਐਮ ਐਮ ਐਮਈ ਜਮ ਪੋਰਟਲ ਕਰਨੇ ਜੁੜੇ ਦੇਣਾ ਪੁੰਛ ਜ਼ਿਲ੍ਹੇ ਦੇ ਬੰਨੇ ਕਨੇ ਲਗਦੇ ਦੇ ਇੱਕ ਵਾਰ ਸੈਕਟਰ 14 ਨੂੰ ਆਤੰਕਵਾਦੀਆਂ ਦਾ ਕੁਸਬੈਠ ਦੀ ਕੋਸ਼ਿਸ਼ ਦਰਾਂ ਸਫਾਇਆ ਕਰ ਦਿੱਤਾ ਗਿਆ। ਰੱਖਿਆ ਪ੍ਰਵਕਤਾ ਮੁਜਬ ਜੰਦੀ ਅਧਿਰਾਤੀ ਦੇ ਬਾਅਦ ਨੰਤਨ ਰੇਖਾ ਕਾਸ਼ ਆਤੰਕਵਾਦੀਆਂ ਦੀ ਨਕਲਵਰ ਕ ਦੇਖੀ ਗਈ ਜਿਹਦੇ ਪਰ ਕਾਰਵਾਈ ਕਰਦੀ ਹੋਈ ਸੁਰੱਖਿਆ ਬਲ ਨੇ ਇੱਕ ਆਤੰਕਵਾਦੀ ਕੀ ਮਾਰੇ ਮੁਕਾਇਆ ਤੇ ਦੋ ਆ ਜ਼ਖਮੀ ਹਾਲਤ ਚ ਵਾਪਸ ਨਸਦੇ ਹੋਈ ਪਿੰਟੂ ਨਾਲੇ ਕਾਸ਼ ਡਿਗਦਾ ਦੇਖਿਆ ਗਿਆ। ਉਹ ਅਜਿੰਦਗਰ ਇੱਕਿਆ ਆਤੰਕਵਾਦੀ ਦੀ ਲੋਥ ਪ੍ਰਾਮਤ ਕੀਤੀ ਗਈ ਹੈ। ਇਲਾਕੇ ਚ ਟੁਪਾਈ ਬਰੋਬਰ ਚਾਰੀ ਹੈ ਔਰ ਬਿਓਰੇਗੀ ਬਲ ਗਿਆ ਜਾ ਕਰਦਾ। जम्मू जोन ਦੇ ਅਧਿਰੇਕਤ ਪੁਲਿਸ ਮਹਾਨ ਨਿਰਦੇਸ਼ਕ ਮੁਕੇਸ਼ ਸਿੰਘ ਰੋਮਿਓ ਫੋਰਸ ਦੇ ਜੀਓਸੀ ਮੇਜਰ ਜਨਰਲ ਮੋਹਿਤ ਰਿਵੇਦੀ ਤੇ ਰਾਜौरी ਪੁਂਚ ਰਿੰਦੇ ਡੀਆਈਜੀ ਡਾਕਟਰ ਹਸੀਬ ਮਗਲੋਰੇ ਰਾਜौरी ਪੁਂਚ ਦੇ ਆਪਣੇ ਦੌਰੇ ਦੌਰਾਨ ਜਾਣਕਾਰੀ ਦਿੱਤੀ ਜੇ ਸਿਲਾਕ ਕੇ ਚਾਤੰਕਵਾਦੀ ਦੇ ਇਲਾ ਤਰੇ ਗਰੁੱਪ ਸਕਰੀਏ ਨੇ ਜਿੰਦੇ ਚ ਹਰ ਇੱਕ ਚ ਇੱਕ ਦੋ ਯਾਤਰਾ ਆਤੰਕਵਾਦੀਨ एडीजीपी हो सुरक्षा बलों इस इलाके च आतंकवाद का नाश करने का पक्का निश्चय किय बन्ने पारा कुसा भी आतंकी साजिश की नाकाम बनाने ले। पूरी चाली सौगे सतर्क ये पुलिस फौज खुफिया एजेंसियां भी कम करा कर सख्त सुरक्षा बंदोबस्त हेठ जम्मू थ अमरनाथ यात्रियों का छत्तीवा जत्था पांच सौ चौती श्रद्वालुएं ले लिए रवाना हुआ आकाशवाणी दे जम्मू ਸੰਵਾਦਾਤਾ ਨੇ ਜਾਣਕਾਰੀ ਦਿੱਤੀ ਹੈ ਜੇ ਲੋਕੀ ਬੱਡੀਆਂ ਕੁੱਲ 24 ਗੱਡੀਆਂ ਦੇ ਕਾਫਲੇ ਚ ਰਵਾਨਾ ਹੈ ਜਥੇ ਚ 459 ਮਰਦ 67 ਮਹਿਲਾ 1 ਨਿਆਣਾ 14 ਸਾਧੂ ਤੇ ਇੱਕ ਸਾਥੀ ਸ਼ਾਮਲ ਨ ਅਮਨਤ ਦੀ ਯਾਤਰਾ ਕਲ ਸਨਤੋੜੀ 4 ਲੱਖ 19000 ਦਾ ਆંકੜਾ ਭਾਰ ਕਰ ਚੁੱਕੀ ਦੀ ਵਿਦੇਸ਼ ਮੰਤਰੀ ਐਸ. ਜੇ ਸ਼ੰਕਰੂਰੀਆ ਕੇ ਦੇ ਪਿਛਲੇ 9 ਮਈ ਦੇ ਦੌਰਾਨ ਮੋਦੀ ਸਰਕਾਰ ਨੇ ਚੀਨ ਕੰਨੇ ਲੱਗਦੇ ਇਲਾਕੇ ਸਮੇਤ ਸਰਹੱਦੀ ਇਲਾਕੇ 'ਚ ਬੜਾ ਮਤਾਟਾਂਚਾਗਤ ਵਿਕਾਸ ਕੀਤਾ ਹੈ ਪੱਤਰਕਾਰਾਂ ਦੇ ਇੱਕ ਸਮੂਹ ਕਨੇ ਗੱਲ ਕਰਦੇ ਹੋਏ ਨੇ ਆਖਿਆ ਜੇ ਉੱਤਰੀ ਬੰਨੇ ਪਰ جاری ਨੇ ਵਿਕਾਸ ਕਮੇਗੀ ਇਸ ਇਲਾਕੇ 'ਚ ਰਾਸ਼ਟਰੀ ਸੁਰੱਖਿਆ ਚੁਣੌਤੀਆਂ ਲਈ ਇਹ ਪਰਦੀ પ્રતિક્રિયા ਤੇ પ્રતિબદ્ધતા ਦੇ ਰੂਪ ਵਿੱਚ દેખਿਆ ਜਾ ਸਕਦਾ ਹੈ જયશંકરウ ਨੇ ਆਖਿਆ ਜੇ ભારત ਬੰਗਲਾਦੇਸ਼ નેપાલ ਤੇ ਭુટાન ਕਰਨੇ ਲੱਗਦੇ ਇਲਾਕਿਆਂ ਚ ਵੀ ਸੜਕ ਸੰਪਰਕ ਦੀ ਵਿਦਾ ਕਰਦਾ ਹੈ ਇੱਕ ਹੋਰ سوال ਇਹਦੇ ਪਰਤੇ ਚ ਵਿਦੇਸ਼ ਮੰਤਰੀ ਨੇ ਆਖਿਆ ਜੋ બનਨੇ ਕੀ ਲਈ ਇਹ ਭਾਰਤ ਤੇ ચીਨ ਵਿਚਕਾਰ ਗਲਪਤ ਅਜੇ ਬੰਦ ਨਹੀਂ ਹੋਇਆ ਤੇ ਇਸ سلسلے ਦੀ ਅਗਲੀ ਬੈਠਕ ਟਾਲੇ ਹੈ ਲੱਗਨੇ ਦੀ ਮਿਹਦ ਹੈ ਭਾਰਤੀ ਅੰਤਰਿਕਸ਼ ਅਨੁਸੰਧਾਨ ਸੰਗਠਨ ਇਸਰੋ ਨੇ Chandrayaan 3 ਗੀ ਚੰਨਦੀ ਕક્ષા ਚ ਢਾਕਲ ਕਰਾਣ ਦੇ ਇੱਕ ਰੋਜ਼ਮਗਰਾ ਉਸੀ ਇਹਦੇ ਉਹ ਨੇੜੇ ਪੂਜਾਨੇ ਦੀ ਪ੍ਰਕਿਰਿਆ ਕਾਮਯਾਬੀ ਕਨੇ ਪੂਰੀ ਕਰ ਲੈਤੀ ਹੈ ਇਸ ਬਾਰੇ ਜਾਣਕਾਰੀ ਦਿੰਦੀ ਹੋਈ ਇਸਰੋ ਨੇ ਆਖਿਆ ਜੇ ਚੰ드ਰੀਆਨ ਨੇ ਚੰਨ ਦੇ ਔਰ ਨੇੜੇ ਪੂਜਣੇ ਵਾਲੀ ਆਪਣੀ ਪ੍ਰਕਿਰਿਆ ਪੂਰੀ ਕਰੀ ਲੈਂਦੀ ਹੈ ਇੰਜੀਨੀ ਦੀ ਰੈਟ੍ਰੋ ਫਾਇਰਿੰਗ ਨੇ ਇਸ ਚੰਨ ਦੇ 170 ਕਿਲੋਮੀਟਰ ਗੁਣਾ 4313 ਕਿਲੋਮੀਟਰ ਤੱਕ ਰਚਾਈ ਦਿੱਤਾ ਹੈ ਇਸ ਰੋ ਦਾ ਅਨੁਮਾਨ ਹੈ ਜੇ ਚੰ드ਰੀਅੰਤ ਰਾਹੀਂ ਚੰਨ ਦੇ ਹੋਰ ਨੇੜੇ ਪੁਝਾਉਣੇ ਦੀ ਅਗਲੀ ਕਾਰਵਾਈ 9 ਅਗਸਤ ਦੀ ਦੁਪਹਿਰੀ 1:00 ਲਈ ਇਹ 2:00 ਦੇ ਵਿੱਚ ਹੋਗ ਜਿਸ ਲਈ ਜੇ 17 ਅਗਸਤ ਤੋੜੀ ਇਸ ਸੇ ਚਾਲੀ ਦੀਆਂ ਤ੍ਰੈ ਹੋਰ ਕਾਰਵਾਈਆਂ ਅੰਜਾਮ ਦੇ ਦਿੱਤੀਆਂ ਜਾਣਗਣ लोकसभा सचिवालय ने थमा सांसद राहुल गांधी हं सदस्यता बहाल कर दी है जे पहले भी खबर दी जा चुकी है जुक्रवार सुप्रीम कोर्ट ने मोदी उपनाम गी ले ये उनके बयान मामले जो उन्हें दोषी करार के दे गए मामले पर रोक ला दी है राहुल गांधी होने मार्च महीने खल्के सदन अयोग्य करार दे दिता गया हा ਮੇਰੀ ਮਾਟੀ ਮੇਰਾ ਦੇਸ਼ ਅਭਿਆਨ ਦੇ ਕਿਸ ਸਦਤੌਰਾ ਪਰ ਰਿਆਸੀ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਸ਼ਟਰੀ ਜਨਰੇਸ਼ਨ ਸ਼ਿਰਕਾ ਦੇ ਕੰਡੇ ਕੰਡੇ ਦੋ ਮੇਲ ਕੋਲ ਲਈਏ ਰਿਆਸੀ ਨਗਰ ਤੋੜੀ ਇੱਕ ਵੱਡਾ ਸਵੱਛਤਾ ਅਭਿਆਨ ਚਲਾਇਆ ਜ਼ਿਲ੍ਹਾ ਵਿਕਾਸ ਕਮਿਸ਼ਨਰ ਬਬੀਲਾ ਰਕਵਾਲ ਹੁੰਦੀ ਦਿਖ ਰਿਖ ਚ ਲਵਾਏ ਗਏ ਦੇ ਇਸ ਅਭਿਆਨ ਤਹਿਤ ਜ਼ਿਲ੍ਹਾ ਅਫਸਰਾਂ ਤੇ ਸਵੈਮ ਸੇਵੀਆਂ ਜਰਨੈਲੀ ਸ਼ਿਰਕਾ ਦੇ ਕੰਡੇ ਪੇ ਦੇ ਮੋਮੀ ਲਫਾਫੇ ਤੇ ਔਰ ਦੁਆ ਕੋਰਾ ਕਚਰਾ ਕਿੱਠਾ ਕੀਤਾ ਤੇ ਸੀ ਇੱਕ ਬਖਰੀ ਥਾਰਾ ਬਰਖ ਪਾਇਆ ਦਿਨ ਪਰ ਚਲੀ ਦੀ ਇਸ ਮਹੀਮ ਚ 15 ਬਖਫਕ ਮਹਿਕਮੇ ਦੇ ਅਧਿਕਾਰੀਆਂ ਸਹਾਇਤਾ ਇਸ ਦੌਰਾਨ ਜਨਰਲ ਸ਼ਿਰਕਾ ਦੇ ਕੰਨੇ ਲੱਗਦੇ ਇਲਾਕਿਆਂ ਚ ਰੌਣੇ ਵਾਲੇ ਲੋਕਾਂ ਗੀ ਸਵੱਛਤਾ ਤੇ ਸਾਫ ਸਫਾਈ ਦੇ ਮਤਬ ਬਾਰੇ ਜਾਗਰੂਕ ਕੀਤਾ ਗਿਆ ਤਾਂ ਜੋ ਸਵੱਛ ਭਾਰਤ ਸਵਸਥ ਭਾਰਤ ਦੇ ਲਕਸ਼ਿ ਗੀ ਹਾਸਲ ਕੀਤਾ ਜਾਇ ਸਕੇ ਇਹ ਦੇ ਕੰਨੇ ਗੇ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਆ